ਫਾਇਦਾ ਉਸੇ ਲਾਇਕ ਦਾ ਨਹੀਂ। ਮੋਨੇਟਾਈਜੇਸ਼ਨ ਐਡ ਚੱਲਣੇ ਕੋਈ ਨਾ ਮੁੜੋ, ਵਾਚ ਟਾਈਮ ਤਾਂ ਮੇਰਾ ਅੱਗੇ ਪੂਰਾ। ਮੈਂ ਆਪਣੇ ਦੂਆ ਜਿਹੜਾ ਛੋਟਾ ਚੈਨਲ ਤੇ ਵਿਊਜ਼ ਦੇ ਪੈਸੇ, ਵਿਊਜ਼ ਜਿੱਤੇ ਮਤੀ ਨੇ ਸਾਰੀ ਗੱਲ ਸਮਝੀ ਨਾ ਥੋੜ੍ਹਾ ਜਿਹਾ ਇੱਕ ਦਮੇ ਵੇਲੇ ਆਉਣ ਦੇ। ਇਹ 1000 ਵਿਊਜ਼ ਹੋਵੇ ਤਾਂ ਮੈਨੂੰ ਯੂਟਿਊਬ ਇਸ ਟਾਈਮ ਦੇ ਰਿਹਾ ਹੈ, ਕੈਲਕੂਲੇਟਰ ਕੱਢੀ 1.42 ਜ਼ਰਾ ਜੀ, ਅਸਲਾਮ ਅਲੈਕੁਮ 1.42 ਜ਼ਰਾ 175 ਇਸ ਟਾਈਮ ਮੈਨੇ 1000 ਵਿਊਜ਼ ਯੂਟਿਊਬ 'ਤੇ ਦੇ ਰਿਹਾ ਜੀ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ, ਠੀਕ ਹੋ, ਖੈਰ ਖਰੀਏ? ਅਤੇ ਯਾਰ ਅੱਗੇ ਮੈਂ ਲਾਈਵ ਆਇਆ ਥੋੜ੍ਹਾ ਜਿਹਾ, ਅਤੇ ਉਹ ਇਹ ਕਰੋਲਾ ਹਾ ਵਿੱਚ ਸੈਟਿੰਗ ਕਰਨੀ ਆ, ਉਹ ਮੈਂ ਹੁਣ ਕੀਤੀ। ਅਤੇ ਮਿਹਰਬਾਨੀ, ਸ਼ੁਕਰੀਆ। ਸ਼ੇਰ ਦਮਾਨ ਸਾਹਿਬ ਸਾਡੇ ਨਾਲ ਹਨ, ਲਿਖਦੇ ਨੇ ਅਸਲਾਮ ਅਲੈਕੁਮ ਅੰਦਰ ਸਾਹਿਬ, ਕੀ ਹਾਲ ਹੈ ਜੀ। ਮਿਹਰਬਾਨੀ ਗੁਲਫਾਮ ਗੁੱਜਰ ਸਾਹਿਬ, ਬਹੁਤ ਸ਼ੁਕਰੀਆ, ਮਿਹਰਬਾਨੀ ਯਾਰ। ਇਸ ਵੇਲੇ ਤੁਸੀਂ ਜਾਗਦੇ ਵੇ ਦਿਓ, ਸਾਡੀ ਤਾਂ ਮਜਬੂਰੀ ਅੱਜ, ਮੈਂ ਜਾਗਦਾ ਬੈਠਾ ਜੋ ਅੱਜ ਨਾ, ਇਹਦੇ ਕੁੱਤਾ ਬੋਕਿਆ ਨੇ ਕਸੋਰ ਕਰਿਆ। ਅਤੇ ਅੱਜ ਨਾ ਦੋਸਤੋ, ਸਾਡੇ ਚੱਕ ਦੇ ਵਿੱਚ ਲੱਗਦਾ ਭਾਰਾ, ਅਤੇ ਭਾਰਾ ਵਾਰੀ ਵਾਰੀ ਨਾਲ ਦੇਵਣਾ ਪੈਂਦਾ। ਜਿਵੇਂ ਕਿ ਅੱਜ ਮੇਰੀ ਵਾਰੀ ਹੈ, ਮੇਰੇ ਨਾਲ ਹੈ ਬੈਠਾ ਹੈ, ਨਾਂ ਦੱਸ ਆਪਣਾ। ਮੁਹੰਮਦ ਅਨੀਸ। ਮੁਹੰਮਦ ਅਨੀਸ, ਕੌਮ ਹੀ ਨਾਲ ਦੱਸ ਜਾ ਕੁਰੇਸ਼ੀ। ਅਤੇ ਇਹ ਮੇਰੇ ਨਾਲ ਬੈਠੇ ਅਨਸਰ ਸਾਹਿਬ, ਇਹ ਸਾਰੇ ਦਿੱਕੇ ਆਪਣੇ ਪੋਤਰੇ ਹਨ ਸਾਰੇ। ਅਤੇ ਇਹ ਪੋਤਰੇ, ਤੂੰ ਹੀ ਆਪਣਾ ਨਾਂ ਦੱਸ ਜਾ। ਸੁਭਾਨ ਸ਼ਰੀਫ। ਇਹਦਾ ਨਾਂ ਸ਼ੋਭਾਨ ਸ਼ਰੀਫ ਹੈ ਜੀ। ਇਹ ਸਾਡਾ ਹੈ ਅੱਜ ਭਾਰਾ ਜੀ। ਅਤੇ ਇਹ ਸਾਰੇ ਬਾਲ ਬਾਲ ਆਉਣ, ਅਤੇ ਨਾਲ ਮੇਰੀ ਵੀ ਡਿਪਟੀ ਹੈ। ਮੈਂ ਆਖਿਆ ਯਾਰ, ਮੇਰੇ ਬਾਲਾਂ ਵੀ ਆਖਿਆ ਵੀ ਮੈਂ ਅਸੀਂ ਅੱਬੂ ਦਿੰਦੇ, ਪਰ ਮੈਂ ਆਖਿਆ ਨਹੀਂ ਯਾਰ, ਮੈਂ ਆਪ ਨਾਲ ਤੁਹਾਡੇ। ਅਤੇ ਇੱਥੇ ਨਾ ਸ਼ੇਰ ਦਮਾਨ ਸਾਹਿਬ ਲਿਖਦੇ, ਕੀ ਮਜਬੂਰੀ ਹੈ ਜੀ, ਤੁਹਾਨੂੰ ਦੱਸ ਛੋੜਿਆ। ਸ਼ੇਰ ਦਮਾਨ, ਸਰਵਤ ਚੀਮਾ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਹੋ ਕੁਵੈਤ ਤੋਂ, ਬਹੁਤ ਸ਼ੁਕਰੀਆ, ਮਿਹਰਬਾਨੀ। ਸਰਵਤ ਚੀਮਾ ਸਾਹਿਬ, ਤੁਸੀਂ ਮੇਰੀ ਹਰ ਵੀਡੀਓ ਵੇਖਦੇ ਹੋ, ਮੈਨੂੰ ਪਤਾ ਹੈ, ਔਰ ਕਮੈਂਟ ਹੀ ਕਰਦੇ ਹੋ, ਬਹੁਤ ਸ਼ੁਕਰੀਆ, ਮਿਹਰਬਾਨੀ। ਇਜਾਜ਼ ਅਵਾਨ ਸਾਹਿਬ ਹਨ, ਅਤੇ ਹੋਰ ਸਾਡੇ ਨਾਲ ਕੌਣ ਜੀ, ਨਦੀਮ ਅਬਾਸ ਸਾਹਿਬ ਜੀ, ਵੈਲਕਮ ਨਦੀਮ ਅਬਾਸ, ਮਿਹਰਬਾਨੀ। ਅੱਜ ਇਜਾਜ਼ ਸਾਹਿਬ, ਅੱਜ ਮੈਂ ਗੱਡੀ 'ਤੇ ਨਹੀਂ ਗਿਆ, ਮੈਂ ਕੱਲ੍ਹ ਇਨਸ਼ਾਲਾ ਸੁਬਹ ਸੁਬਹ ਗੱਡੀ 'ਤੇ ਜਾਣਾ, ਸ਼ਾਨੀ ਗੱਡੀ ਲੈ ਕੇ ਗਿਆ ਮੰਡੀ ਦੇ ਵਿੱਚ, ਅਤੇ ਮੈਂ ਇਨਸ਼ਾਲਾ ਕੱਲ੍ਹ ਜੈਸਾ। ਆਫਤਾਬ ਅਹਿਮਦ ਸਾਡੇ ਨਾਲ, ਮਿਹਰਬਾਨੀ ਆਫਤਾਬ ਬਾਈ, ਸ਼ੁਕਰੀਆ। ਅਤੇ ਇਹ ਕੌਣ ਕਿੱਥੋਂ ਹੈ ਸਾਡੇ ਨਾਲ, ਇਹ ਵੀ ਨਾਲ ਮੈਨੂੰ ਦੱਸੇ, ਸੋ ਨਾ ਮੈਨੂੰ ਪਤਾ ਲੱਗ ਸੀ ਵੀ ਕੌਣ ਕੌਣ ਮੇਰੇ ਨਾਲ ਇਸ ਟਾਈਮ ਲਾਈਵ। ਅਸੀਂ ਨਾ, ਤੁਹਾਨੂੰ ਮੈਂ ਅੱਗੇ ਵੀ ਦੱਸਿਆ ਦੋਸਤੋ, ਅਸੀਂ ਦਿਨ ਦੇ ਬੈਠੇ ਹਾਂ ਭਾਰਾ, ਇਹ ਮੇਰੇ ਨਾਲ ਬੱਚੇ ਬੈਠੇ ਨੇ ਅਨਸਰ, ਇਹ ਨਾਂ ਦੱਸਿਆ ਕਰ ਬੜਿਆ ਆਪਣਾ ਅਨੀਸ, ਅਨੀਸ, ਅਤੇ ਇਹ ਸ਼ੁਭਾਨ ਸ਼ਰੀਫ। ਇਹ ਅਸੀਂ ਅੱਜ ਭਾਰੇਦਾਰ ਹਾਂ ਜੀ ਚੱਕ ਦੇ ਵਿੱਚ, ਅਤੇ ਅੱਜ ਸਾਡੀ ਡਿਪਟੀ ਰਾਤ 9 ਵਜੇ ਤੋਂ 4 ਵਜੇ ਤੱਕ ਭਾਰ ਹੁੰਦਾ, ਬਲਕਿ ਬਕਾਇਦਾ ਆ ਕੇ ਪੁਲਿਸ ਚੈੱਕ ਕਰ ਗਈ ਅੱਗੇ ਵੀ ਭਾਰਾ ਤੁਸੀਂ ਦਿੰਦੇ ਵਜੇ ਹੋ ਜਾਂ ਕੋਈ ਨਹੀਂ ਦਿੰਦੇ ਵਜੇ। ਅਤੇ ਇੰਨੇ ਵਿਹਲੇ ਬੈਠਿਆ ਸੀ ਮੈਂ ਕਿ ਯਾਰ ਜੱਟ ਬੇਲੀਆਂ ਨਾਲ ਗੱਪ ਸ਼ੱਪ ਲਾਈਏ। ਅਤੇ ਮੁਬਾਰਕ ਅਲੀ ਸਾਹਿਬ ਸਾਡੇ ਨਾਲ, ਮਿਹਰਬਾਨੀ ਮੁਬਾਰਕ ਅਲੀ ਯਾਰ, ਤੁਸੀਂ ਹਰ ਵੀਡੀਓ ਮੇਰੀ ਵੇਖਦੇ ਹੋ, ਤੁਸੀਂ ਮੈਨੂੰ ਅਗਲੇ ਦਿਨ ਦੱਸਿਆ ਤੁਹਾਡਾ ਇਲਾਕਾ ਫਤਿਹਪੁਰੇ ਠੀਕ ਹੋ ਗਿਆ, ਅਤੇ ਤੁਸੀਂ ਕੀ ਕਰਿੰਦੇ ਹੋ ਭਲਾ, ਗੱਡੀ ਗੁੱਡੀ ਚਲਾਉਂਦੇ ਹੋ, ਕੀ ਇਸ਼ੂ ਬੋਲੇ ਮੇਰੇ ਭਰਾ ਦਾ। ਅਤੇ ਸ਼ੇਰ ਦਮਾਨ ਸਾਹਿਬ ਦਿਨ ਕਭੀ ਸਵਾਤ ਆ ਉਹਨਾਂ ਯਾਰ, ਸ਼ੇਰ ਦਮਾਨ ਸਾਹਿਬ ਉਦੇ ਹਾਲੀ ਠੰਡ ਬੜੀ ਹੈ, ਸਰਦੀ ਬੜੀ ਹੈ, ਕੁਝ ਮੌਸਮ ਠੀਕ ਹੋ ਲਵੇ। ਜਦੋਂ ਹਿੰਦਵਾਣਿਆਂ ਦਾ ਸੀਜ਼ਨ ਹੋਇਆ ਨਾ, ਉਦੋਂ ਸਾਡੇ ਇੱਥੋਂ ਆਪਣੇ ਇਲਾਕੇ ਦੇ ਵਿੱਚ ਹਿੰਦਵਾਣੇ ਜਾਂਦੇ ਨੇ, ਸਵਾਤ ਲੈ ਕੇ ਸਾਂ, ਤੁਹਾਨੂੰ ਹਿੰਦਵਾਣੇ ਨਾਲ ਹੀ ਰਜੀ ਸਾਂ, ਅਤੇ ਤੁਹਾਡੇ ਕੋਲ ਵੀ ਲੱਗ ਸਾਂ ਇਨਸ਼ਾਅੱਲਾ ਇਨਸ਼ਾਅੱਲਾ। ਅਤੇ ਆਫਤਾਬ ਅਹਿਮਦ ਸਾਹਿਬ, ਮਿਹਰਬਾਨੀ, ਸ਼ੁਕਰੀਆ। ਨਦੀਮ ਅਬਾਸ ਸਊਦੀਏ ਤੋਂ ਜੀ, ਮਿਹਰਬਾਨੀ ਨਦੀਮ ਬਾਈ, ਤੁਸੀਂ ਗੱਡੀ ਗੁੱਡੀ ਚਲਾਉਂਦੇ ਹੋ ਸਊਦੀ ਦੇ ਵਿੱਚ, ਕੀ ਇਸ਼ੂ ਬੋਲੇ ਤੁਹਾਡਾ, ਦੱਸਿਆ ਨਹੀਂ ਤੁਸੀਂ ਮੈਨੂੰ। ਅੱਛਾ ਸ਼ਾਹਦੇਬ ਨੈਚ ਸਾਹਿਬ ਨਹੀਂ, ਇਹਨੋ ਐਫ ਬੀ ਕਾ ਬੰਪਰ ਕਿਤਨੇ ਕਾ ਮਿਲੇਗਾ ਯਾਰ, ਮੈਂ ਕਿਸੇ ਕੋਲ ਪੁੱਛ ਕੇ ਨਾ ਤੈਨੂੰ ਜ਼ਰੂਰ ਦੱਸਿਆ ਸਾਂ ਬੰਪਰ ਦੇ ਬਾਰੇ, ਅਤੇ ਹੁਣ ਅੰਦਾਜ਼ ਹੈ ਵੀ 30,000 ਰੁਪਈਆ ਖਰਚਾ ਹੋ ਜਾਣਾ ਬਾਈ ਤੇਰਾ, ਚੰਗਾ ਬੰਪਰ ਲਵਾਇਆ ਤਾਂ। ਅੱਛਾ ਮੁਬਾਰਕ ਅਲੀ ਸਾਹਿਬ ਦਿਨ, ਮੈਂ ਬੱਸ ਚਲਾਤਾ ਹੂੰ ਜੀ, ਮਿਹਰਬਾਨੀ ਮੁਬਾਰਕ ਬਾਈ, ਤੁਸੀਂ ਇੱਥਾਂ ਹੀ ਫਤਿਹਪੁਰ ਚਲਾਉਂਦੇ ਹੋ ਜਾਂ ਕਿੱਦਾਂ ਹੀ ਬਾਹਰ ਆਉਂਦੇ ਹੋ? ਅਤੇ ਆਸਿਫ, ਆਸਿਫ ਗੁੰਮਣ ਸਾਹਿਬ ਸਾਡੇ ਨਾਲ ਹਨ, ਆਸਿਫ ਫਰਾਮ ਉਮਾਨ ਜੀ, ਬਹੁਤ ਸ਼ੁਕਰੀਆ ਆਸਿਫ ਬਾਈ, ਮਿਹਰਬਾਨੀ, ਤੁਸੀਂ ਪਰਦੇਸ ਬਹਿ ਕੇ ਵੀਡੀਓ ਵੇਖਦੇ ਹੋ, ਮੇਰੀ ਮਿਹਰਬਾਨੀ, ਸ਼ੁਕਰੀਆ। ਨਦੀਮ ਅਬਾਸ ਸਾਹਿਬ ਜੀ, ਡਰਾਈਵਰ ਹੋ ਬਾਈ ਜੀ, ਮਿਹਰਬਾਨੀ। ਨਦੀਮ ਸਾਹਿਬ ਸਾਰੇ ਜ਼ਾਹਿਰ ਜੇ ਨਾ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ, ਡਰਾਈਵਰ ਹੀ ਆਉਣੇ,
वैसे एक बंदे मैंने अगले दिन कॉल की आ फैसलाबाद का बंदा, उस कि यार मैं कोई गर्द नहीं ट्रांसपोर्ट नाल और ना ही मैं शौक है गड्डियां गुड़ियां का ना, सिर्फ मैं जिन्हें तेरी इलाके की बोली तो इस वजह तो तेरी वीडियो मैं चंगी लगदियां तो मैं वेदा, तो मैं तेरी मोहब्बत का शुक्रिया यार जुनैद अली साहब, मेहरबानी जुनैद भाई की हाल चाल इन ठीक हो? तो भी ऐसे ठीक है, डंपर वेच के की हूँ तुम भला अगर की शुगल बनाया तो समझ दस्या कोई ना, मैं अगले दिन पूछा थोड़े को नदीम आबाद साहब लइए तो मेहरबानी नदीम भाई बहुत शुक्रिया मेहरबानी यार। तो दोस्तों थोड़ा इतना ज्यादा मैं टाइम नहीं लेंदा क्योंकि असा भी चक्कर लाना चक दे इतने एक बलाबे दुकान है वो थले से बैठे हैं ना, तो वो अगे पुलिस वाले सानू आख के गए भी चक दे कोई चोरी शोरी होगी तो जिम्मेवारी थोड़ी आनी इन्ना बाला तू कि भारत की पना, मैं आख्या चलो नाल मैं वडेरा ते पुलिस वाले आके गए कोई चोरी शोरी होगी ना जिम्मेवारी थोड़ी आनी, तो खैर भारत राज के दे होना चंगा। ते 4640 10 मैं सिंध दादू से इंशाल्लाह शाहजेब नए साहब 4640 10 4640 10 मैं सिंध दादू। अच्छा तुसी सिंध दादू दे रहण वाले हो? दादू दे रहण वाले हो ठीक। अच्छा दादू खास दे हो या मेड़ या केड़े वड्डाणी या केड़े इलाके दे हो ये तुसी मैं जरूर दसे सो। मोहम्मद इकबाल साहब साढ़े नाल हैं, अस्सलाम वालेकुम भाई जान क्या हाल है? आज गाड़ी पे नहीं गया जी, गड्डी ते इंशाल्लाह सुबह जावना, कल हफ्ते वाली मंडी गड्डी मंडी चली गई शानी लै गया, मैं अज कल सुबह सुबह जा सा 9 साढ़े 9 बजे इंशाल्लाह जंग बाई पास तो गड्डी ने पैसा। फौजी साहब अगर तुहाडे सामने चोर आ जावे पारे दे दौरान यानी ड्यूटी दे दौरान की करे सो तुसी? ਉਹ ਵੇਖਿਆ ਸਕੂਟਰ ਹੈ ਕੰਮ ਦਾ ਪਿਆ ਨੇ, ਚੋਰ ਆ ਜਾਵੇ। ਹਾਂ ਚੋਰ ਆ ਜਾਵੇ ਤੇ ਕੀ ਕਰੇ ਸੋ ਤੁਸੀਂ? ਉਹਦਾ ਕਿਵੇਂ ਪਤਾ ਲੱਗ ਸੀ ਇਹ ਚੋਰ ਹੈ? ਇਹ ਪਤਾ ਤਾਂ ਤੂੰ ਕਰਨਾ ਨਾ ਮੇਰਾ ਪੋਤਰੋ ਵੀ ਚੋਰ ਹੈ, ਪਹਾਰੇਦਾਰ ਜੂ ਹੈ, ਡਿਪਟੀ ਤੇਰੀ ਹੈ ਨਾ, ਉਹਦੇ ਕੋ ਪੁੱਛਣਾ ਇਸ ਟਾਈਮ ਕਿਤੇ ਅਲਾ ਮੋਟਰਸਾਈਕਲ ਆਉਂਦਾ ਪਿਆ ਉਹਨੂੰ ਚੈੱਕ ਕਰ ਮੋਟਰਸਾਈਕਲ ਨੂੰ ਫੌਜੀ, ਉਸ ਤੋਂ ਪੁੱਛ ਕੌਣ ਉਹ ਕਿਤੇ ਜਾਊ ਇਸਲੇ। ਅੱਛਾ ਮੁਬਾਰਕ ਅਲੀ ਸਾਹਿਬ ਮੈਨੇ 73.5 ਮਤਲਬ ਮੈਂ ਤੈਨੂੰ ਸਾਰੀ ਗੱਲ ਸਮਝੀਨਾ, ਮੈਨੇ ਇਦੂ ਵੇਲੇ ਆਉਣ ਦੇ ਇਹ ਮੈਂ ਤੈਨੂੰ ਰੇਟ ਸ਼ੇਟ ਸਾਰੇ ਸਮਝੀ ਸਾਂ। ਦੋਸਤੋ ਇੱਕ ਮੋਟਰਸਾਈਕਲ ਲੱਗਦਾ ਪਿਆ ਇਹਨੂੰ ਚੈੱਕ ਕਰੇ ਸਨ ਲੜਕੇ ਕੌਣ ਕਿਤੇ ਜਾਂਦਾ ਆਪ ਉਹ ਬਾਹਰ ਇਸਲੇ ਕਿਤੇ ਫਿਰਦੇ ਹੁੰਦੇ ਹੋ? ਐਨ ਭੁੱਖ ਲੱਗੀ ਰੋਟੀ ਲੈਣ ਜਾਊਗਾ। ਭੁੱਖ ਲੱਗੀ ਰੋਟੀ ਲੈਣ ਜਾਊਗਾ? ਘਰ ਰੋਟੀ ਕਾਹੀ ਨਾ ਪੱਕੀ ਹੋਈ, ਘਰ ਪੁੱਛੇ ਹੋਇਆ ਸਾਰੇ ਤੇ ਰੋਟੀ ਲੈਣ ਕਿਤੇ ਜਾਊਗਾ? ਠੀਕ ਹੋ ਗਿਆ ਨਾਲ ਕੌਣ ਮਸ਼ਾ ਚਲੋ ਖੈਰ ਹੋਵੇ ਠੀਕ, ਅਵਾਰਾ ਨਾ ਫਿਰੇ ਕਰੋ ਇਸਲੇ ਠੀਕ ਹੈ। ਤੂੰ ਦੱਸ ਨਾ ਇਹ ਕੀ ਆ ਦਿਆਂ ਸਕੂਟਰ ਵਾਲੇ ਦੱਸ? ਇਹ ਜੀ ਸਕੂਟਰ ਡੱਕਿਆ ਤੇ ਉਹਨਾਂ ਕੋਲ ਪੁੱਛਿਆ ਕਿਤੇ ਜਾਂਦੇ ਪਏ ਹੋ ਇਸ ਟਾਈਮ? ਅੱਛਾ ਤੇ ਉਹਨਾਂ ਕਿਹਾ ਜੀ ਅੱਗੇ ਦਰੀਸ ਮਰਿੰਦਰ ਆਇਆ ਤੇ ਸ਼ਾਦੀ ਆਈ ਜੀ ਤੇ ਹੁਣ ਭੁੱਖ ਲੱਗੀ ਹੈ ਤੇ ਇੱਥੋਂ ਰੋਟੀ ਲੈਣ ਜਾਊਂਗਾ ਹੋਟਲ। ਰੋਹਨੀ ਸਾਹਿਬ ਇਹਨੇ ਇੱਕ ਮਾਈਆ ਸੁਣਾ, ਅੱਛਾ ਮੁੜ ਦੋਸਤਾਂ ਕੋਲ ਲਈਏ ਇਜਾਜ਼ਤ ਤੇ ਮੁੱਕਦੇ ਭੋ ਵੈਂਦੇ ਨ ਸੱਜਣ ਗਰੀਬਾਂ ਦੇ ਬੰਦੇ ਰੱਜੇ ਹੋਏ ਖੋ ਵੈਂਦੇ। ਹਾਏ ਵਾਹ ਫੌਜੀ ਵਾਹ ਠੀਕ ਹੋ ਗਿਆ। ਦੋਸਤੋ ਇਹ ਨਫੀਸ ਦੀ ਕੌਮ ਦਾ ਬੰਦਾ ਤੇ ਇਹਨਾਂ ਨੇ ਜਿਹੜਾ ਨਾ ਅਗਲੀ ਗੱਲ ਮੈਂ ਨਹੀਂ ਕਰਨੀ ਨਹੀਂ ਕਰਨੀ ਚਾਹੀਦੀ। ਅੱਛਾ ਸ਼ਾਹਜ਼ੇਬ ਸਾਹਿਬ ਇਨਸ਼ਾ ਜੂਬੀ ਹੋਟਲ, ਅੱਛਾ ਅੱਛਾ ਤੁਸੀਂ ਅੱਗੇ ਵੀ ਇੱਕ ਵਾਰੀ ਮੈਨੂੰ ਕਮੈਂਟ ਕੀਤਾ ਠੀਕ ਹੋ ਗਿਆ ਸ਼ਾਹਜ਼ੇਬ ਬਾਈ ਮਿਹਰਬਾਨੀ ਚੌਧਰੀ ਹਾਵਰ ਕੀ ਲਿਖਿਆ ਕੀ ਲਿਖਿਆ ਯਾਰ ਪੜਿਆ ਸੀ ਐਚ ਕੀ ਅੱਗੋਂ ਲਿਖਿਆ ਚੌਧਰੀ ਹਾਵਰ ਵੀ ਨਾਂ ਹੈ ਦੋਸਤੋ ਹੈ ਹੀ ਫੌਜੀ ਦੇ ਪੋਤਰੇ ਤੇ ਸ਼ਕਲ ਹੀ ਇਸ ਫੌਜੀਆਂ ਲਈ ਬਣਾਈ ਹੋਈ ਆ
वालेकुम सलाम इतने तुहाडे चैनल दा नाम सी फनी एनिमल लाइफ अपना नाम तो समझ कोई नहीं दस्या ना दस्या तो जरूर मेरा वाच टाइम जो ना नाम पूरा हुंदा मैं इन लाइव जा जा अपना वाच टाइम वाच टाइम लाइव गया वाच टाइम जल्दी पूरा हो गया हां जो बंदा मढेक की बंदा वाल आवे ना नाल वाच टाइम जितनी ढेर दोस्तों इजाजत लिसान तोडे कोलो असा चक दा चक्कर लाया होना ते इन्ना होवे भी असी इत्थे लाइव बैठे रहिए तुहाडे नाल गप्पां लैंदे रहिए ते जिहड़ा ना उदू कोई अपना काम करके लगा जावे ते ए अल्लाह ना करे कोई नीवी उच्ची होगी तो ओहदी जिम्मेवारी आउणी साडी ते इंशाअल्लाह वीडियो ते मुलाकात हुंदी रहिंदी मेहरबानी तुहाडी तुसीं परदेस बह के वीडियो वेखदे हो मेरी हौसला अफजाई हो जांदी बड़ी ते चौधरी फैसल जी मेहरबानी भाई मेहरबानी शुक्रिया ते वसीम जलबाणी साहब बहुत शुक्रिया मेहरबानी तू साडे नाल मौजूद हो इजाजत लई सां तुहाडे कोल इंशाअल्लाह कल नवी वीडियो चाहते रहो सां अल्लाह हाफिज़।